ਹਾਂਜੀ ਬਾਈ ਜੀ, ਸਾਰੇ ਵੀਰਾਂ ਨੂੰ ਪਿਆ ਪ੍ਰੀ ਸਤਿ ਸ਼੍ਰੀ ਅਕਾਲ। ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਦੇਖ ਸਕਦੇ ਹੋ ਬਾਈ ਜੀ, ਆਪਾਂ ਖੜਿਆਂਗੇ ਨਾ ਇੱਕ ਜਗਾੜੂ ਰੇੜੀ ਆ ਨਾ, ਤੇ ਬਾਈ ਨੇ ਜਗਾੜ ਲਾ ਕੇ ਆਪਣਾ ਰੁਜ਼ਗਾਰ ਜਿਹੜਾ ਤੋਰਿਆ ਹੋਇਆ ਹੈਗਾ। ਹਰ ਨਾ ਦਿਖਾ ਦੇ ਸਾਰੀ ਰੇੜੀ, ਫਿਰ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ। ਦੇਖ ਸਕਦੇ ਹੋ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਨੇ ਜੀ? ਕਿਹੜਾ ਪਿੰਡ ਆ ਵੀਰੇ? ਰਾਜੀਆ ਪਿੰਡ ਆ ਬਾਈ। ਬਾਈ ਦਾ ਰਾਜੀਆ ਪਿੰਡ ਆ ਬਾਈ, ਠੀਕ ਆ ਜੀ। ਕਿੰਨਾ ਟਾਈਮ ਹੋ ਗਿਆ ਵੀਰੇ ਕੰਮ ਕਰਦੇ ਨੂੰ? ਮੈਨੂੰ ਹੋ ਗਿਆ 2 ਸਾਲ ਹੋ ਗਏ। 2 ਸਾਲ ਹੋ ਗਏ, ਠੀਕ ਆ ਬਾਈ ਜੀ। 2 ਸਾਲ ਹੋ ਗਏ ਨਾ, ਬਿਲੇ ਟਾਈਮ ਤੇ ਕਰ ਲੈਣੇ ਕੰਮ। ਠੀਕ ਹੈ, ਬਿਲੇ ਟਾਈਮ ਤੇ ਕਰ ਲੈਣਾ ਨਾ। ਇਸ ਤੋਂ ਪਹਿਲਾਂ ਕਿਹੜਾ ਕੰਮ ਕਰਦੇ ਸੀ? ਮਸ਼ੀਨਾਂ ਜਾਂਦੇ। ਹਾਂਜੀ, ਮਸ਼ੀਨਾਂ ਤੇ। ਮਸ਼ੀਨਾਂ ਤੇ, ਹਾਂ। ਫਿਰ ਉਧਰੋਂ ਇੱਧਰ ਕਿਵੇਂ ਆ ਗਏ? ਉਧਰ ਪਾਸੇ ਜੀ, ਉਧਰੋਂ ਸੀ ਨਹੀਂ ਹੁੰਦਾ ਫਿਰ ਇਧਰੋਂ ਆਏ ਨੇ। ਅੱਛਾ ਅੱਛਾ, ਠੀਕ ਆ। ਹੁਣ ਤਾਂ ਨਹੀਂ ਫਿਰ ਜਾਣਾ ਹੈਗਾ ਮਸ਼ੀਨਾਂ ਤੇ? ਜਾਣਾਗਾ, ਹੁਣ ਵੀ ਜਾਣਾਗਾ। ਲੋ ਬਈ, ਦੇਖ ਸਕਦੇ ਕਿੰਨਾ ਖਰਚਾ ਹੋ ਗਿਆ ਆਪਣਾ ਇੱਥੇ? ਰੇੜੀ ਤੇ 40,000 ਰੁਪਏ ਲੱਗ ਗਿਆ। 40,000 ਰੁਪਏ, ਦੇਖ ਸਕਦੇ ਬਾਈ, 40,000 ਰੁਪਏ ਦੇ ਵਿੱਚ ਬਾਈ ਨੇ ਆਪਣਾ ਬਿਜ਼ਨਸ ਜਿਹੜਾ ਖੋਲਿਆ ਹੋਗਾ। ਸਿਰਫ 40,000 ਰੁਪਏ ਲਾ ਕੇ ਕਿੰਨੇ ਰੁਪਏ ਬਣ ਜਾਂਦੇ ਨੇ ਦਿਨ ਦੇ? ਦਿਹਾੜੀ ਪੈ ਜਾਂਦੀ ਆਪਾਂ, ਦਿਹਾੜੀ ਵਧੀਆ ਪੈ ਜਾਂਦੀ ਹੈਗੀ। ਲਓ ਬਈ, 40,000 ਰੁਪਏ ਲਾ ਕੇ ਤੁਸੀਂ ਤੋਰੀ ਫੁਲਕਾ ਚੰਗਾ ਤੋਰ ਸਕਦੇ ਹੋਗੇ, ਠੀਕ ਆ। ਸਹੂਲਤਾਂ ਦਿਖਾਉਣਾ ਤੁਹਾਨੂੰ ਸਾਰੀਆਂ ਰੇੜੀ ਦੇ ਵਿੱਚ। ਸਰ ਇੱਧਰ ਦੀ ਆ ਕੇ ਦਿਖਾ ਆਪਾਂ, ਪਹਿਲਾਂ ਬਾਈ ਦੇ ਰੇੜੀ ਦੀਆਂ ਸਹੂਲਤਾਂ ਦੇਖੀਆਂ ਨਾ। ਮੀਂਹ ਤਾਂ ਨਹੀਂ ਪੈਂਦਾ ਹੈਗਾ? ਜੇ ਆ ਜੇ ਮੀਂਹ ਪਾਣੀ ਪੂਣੀ ਤਾਂ ਨਹੀਂ ਪੈਂਦਾ ਕਿਸ ਪਾਸੋਂ? ਲੈ ਬਈ, ਦੇਖ ਸਕਦੇ ਬਾਈ ਜੀ, ਹੈ ਨਾ। ਬਾਈ ਨੇ ਪੂਰੀ ਡੈਕੋਰੇਟ ਕੀਤੀ ਹੋਈ ਹੈ ਨਾ, ਲਾਈਟਾਂ ਲੂਟਾਂ ਲਾ ਕੇ ਵਧੀਆ। ਤੇ ਆ ਪਲੱਗ ਦੇ ਵਿੱਚ ਕਰੰਟ ਕਿਹੜਾ ਹੁੰਦਾ ਬਾਈ ਜੀ? ਇਹ ਨਾਲੇ ਬੈਟਰੀ ਨਾਲ ਨਾਲ ਬਿਜਲੀ ਤੇ ਚੱਲਦਾ। ਬਿਜਲੀ ਤੇ ਵੀ ਆ? ਬਿਜਲੀ ਕਿੱਥੋਂ? ਜੇ ਕਿਤੋਂ ਵੀ ਲੈ ਸਕਦੇ। ਅੱਛਾ, ਉਹ ਲੈ ਸਕਦਾ ਨਾ। ਅੱਛਾ, ਹੁਣ ਤਾਂ ਨਹੀਂ ਚਾਰਜ ਹੁੰਦਾ ਜੇ ਆਪਾਂ ਨੇ ਹੁਣ ਫੋਨ ਚਾਰਜ ਕਰਨਾ ਹੋਵੇ? ਨਾ, ਹੁਣ ਨਹੀਂ ਹੁੰਦਾ। ਇਨਵੈਟਰ ਰੱਖਿਆ ਨਹੀਂ ਹੋਏਗਾ? ਨਾ। ਇਨਵੈਟਰ ਰਖਾ ਤਾਂ ਸਕਦੇ ਆਪਾਂ? ਹਾਂ, ਰਖਾ ਸਕਦੇ, ਰਖਾ ਸਕਦੇ ਆ ਬਾਈ। ਕਹਿੰਦਾ ਨਾ ਇਨਵੈਟਰ ਵੀ ਦੇਖ ਸਕਦੇ ਹੋਵੇ। ਜਿਵੇਂ ਪਹਿਲਾਂ ਵੀਡੀਓ ਜੀ ਵਾਇਰਲ ਹੋਈ ਜੀ, ਠੰਡ ਪਾ ਲਈ, ਮੈਂ ਉਹੀ ਕੰਮ ਆ ਬਾਈ, ਦੇਖ ਸਕਦੇ ਹੋ ਨਾ। ਇਹਨੂੰ ਕਹਿੰਦੇ ਗੋਲੀ ਵਾਲਾ ਬੱਤਾ। ਇਹ ਬਾਈ ਜੀ ਉਹ ਨਹੀਂ ਚਲਾਉਂਦਾ ਮੋਟਰਸਾਈਕਲ ਵੀ ਸਾਰੀ? ਠੀਕ ਆ ਜੀ। ਇਹੀ ਕਿਵੇਂ ਦਿਮਾਗ 'ਚ ਆਇਆ ਵੀ ਆਪਾਂ ਇਹ ਕਰ ਲਈਏ? ਕੋਈ ਹੋਰ ਨਹੀਂ ਕੰਮ ਦਿਮਾਗ 'ਚ ਆਇਆ? ਆਪਾਂ ਨੂੰ ਵਧੀਆ ਲੱਗਿਆ ਕੰਮ ਇਹ, ਬਾਕੀ ਚਲਾਦਾ ਕੰਮ। ਠੀਕ ਆ। ਇੱਕ ਦਿਨ 'ਚ ਇੰਨੀਆਂ ਬੋਤਲਾਂ ਆਪਣੀਆਂ ਲੱਗ ਜਾਂਦੀਆਂ ਨੇ? ਇਹ 3-4 ਡਾਲੇ ਲੱਗ ਜਾਂਦੇ ਨੇ। 3-4 ਡਾਲੇ, ਗਰਮੀ ਪਈ। ਠੀਕ ਆ। ਇੱਕ 'ਚ ਕਿੰਨੀਆਂ ਹੁੰਦੀਆਂ ਨੇ? 24 24 ਹੋ ਜਾਂਦੇ ਨੇ। ਦੇਖ ਸਕਦੇ ਬਾਈ ਜੀ, ਲਗਭਗ 100 ਬੋਤਲ ਬਾਈ ਲਾ ਦਿੰਦੇ ਨੇ, ਹੈ ਨਾ। ਵਧੀਆ ਮੁਨਾਫਾ ਜਿਹੜਾ ਹੁੰਦਾ ਹੈਗਾ। ਠੀਕ ਆ। ਕਿੰਨਾ ਟਾਈਮ ਕੰਮ ਕਰਨਾ ਪੈਂਦਾ? ਦੀਪਕ ਢਾਬੇ ਕੋਲ ਲਾਉਣਾ। ਦੀਪਕ ਢਾਬੇ ਕੋਲ, ਮੋੜ ਦੇ ਪਿੱਛੇ। ਮੋੜ ਤੇ ਬਹੁਤ ਸੇਲ ਹੋਣੀ ਉੱਥੇ, ਹੈ ਨਾ। ਬਣਾ ਦੇ ਫਿਰ। ਕਿੰਨੇ ਗਲਾਸ ਬਣਾਉਣੇ ਨੇ ਬਾਈ? ਪੀਣੇ ਨੇ ਬਾਈ? ਸਿਕੰਦਰ ਪੀਏਗਾ? ਪੀਊਗਾ। 4 ਗਲਾਸ ਬਣਾ ਦੇ ਬਾਈ, 4 ਗਲਾਸ ਬਣਾ ਦੇ ਬਾਈ। ਦੇਖ ਸਕਦੇ, ਮੈਨੂੰ ਪੁੱਛ ਲਓ ਵੀ ਇੱਕ ਗਲਾਸ ਪੀਊਗਾ ਨਾ 2 ਪੀਊਗਾ? ਕੋਈ ਗੱਲ ਨਹੀਂ, ਉਹ ਵੀ ਪੀ ਲੂਗਾ। ਦੇਖ ਸਕਦੇ ਹੋ ਬਾਈ ਨੇ ਪਾਤੀ ਬਰਫ਼। ਜਵਾਕ ਕਿੰਨੇ ਨੇ ਬਾਈ? ਮੁੰਡਾ ਕੁੜੀ ਹੈ? ਮੁੰਡਾ ਕੁੜੀ। ਅੱਛਾ, ਠੀਕ ਆ ਬਈ, ਦੇਖ ਸਕਦੇ ਹੋ। ਜਵਾਕਾਂ ਨੂੰ ਤਾਂ ਨਹੀਂ ਕਰਾਉਣਾ ਇਹ ਬਾਈ? ਤਰਸੇ ਮੈਂ ਪੜਦੇ ਨੇ ਜਵਾਕ ਪੜਦੇ ਨੇ ਉਹ ਤਾਂ ਪੜਦੇ ਨੇ ਜਵਾਕ ਕਿਹੜੇ ਕਿਹੜੇ ਨੇ ਹੋ ਗਏ? ਉਹ ਹੋ ਗਏ ਇੱਕ ਤਾਂ 8 ਸਾਲਾਂ ਦਾ ਮੁੰਡਾ। ਠੀਕ ਆ। ਮੰਡੀ ਦੇ ਉੱਪਰ ਆ ਕੇ ਫਾਇਦਾ ਹੁੰਦਾ ਹੈਗਾ ਤੁਹਾਨੂੰ? ਬੱਕਰਾ ਮੰਡੀ ਦੇ ਉੱਪਰ ਆ ਕੇ ਹਾਂ ਵਧੀਆ ਫਾਇਦਾ ਹੁੰਦਾ ਹੈ ਨਾ। ਠੀਕ ਆ ਬਾਈ ਜੀ। ਪਿੰਡ ਕਿਹੜਾ ਆਪਣਾ? 4 ਰਾਜੀਆ। ਰਾਜੀਆ ਪਿੰਡ ਤੋਂ? ਹਾਂ, 4 ਬਣਾ ਦਿਓ ਬਾਈ। ਦੇਖ ਸਕਦਾ ਰਾਜੀਆ ਪਿੰਡ ਤੋਂ ਆ ਬਾਈ, ਅਤੇ ਬਾਕੀ ਤੁਹਾਡੇ ਸਾਹਮਣੇ ਹੈਗਾ। ਬਾਈ ਨੇ ਸਕੈਨਰ ਵੀ ਲਾਇਆ ਹੋਇਆ ਬਾਈ, ਦੇਖ ਸਕਦਾ। ਡਿਜੀਟਲ ਕੰਮ ਆ ਪੂਰਾ, ਇਹੋ ਜਿਹੀ ਗੱਲ ਨਹੀਂ, ਡਿਜੀਟਲ ਚੱਲਦਾ। ਕਿੰਨੇ ਰੁਪਏ ਦਾ ਗਲਾਸ ਆ? 20 ਦਾ ਬਾਈ। ਹੈਂ? 20 ਦਾ। 20 ਰੁਪਏ ਦਾ ਗਲਾਸ ਆ ਬਾਈ, ਹੈ ਨਾ। 20 ਰੁਪਏ ਦਾ ਗਲਾਸ ਆ ਬਾਈ, ਦੇਖ ਸਕਦੇ ਹੋਗੇ। ਅਤੇ ਬਣ ਗਿਆ ਹੁਣ ਇਹ 'ਚ ਪੈਂਦਾ ਕੀ? ਨਿੰਬੂ ਨਹੀਂ ਹੈਗਾ? ਨਿੰਬੂ ਬਾਈ ਹੁਣ ਮਹਿੰਗੇ ਹੋ ਰਹੇ, ਲਿਆਉਂਦੇ ਨਹੀਂ ਹਲੇ। ਬਾਕੀ ਪੈਂਦਾ ਤਾਂ ਹੈਗਾ। ਪੈਂਦਾ ਤਾਂ ਹੈਗਾ, ਲੈ ਕੇ ਨਹੀਂ ਆਉਂਦੇ? ਲੈ ਕੇ ਨਹੀਂ। ਇੰਨੇ ਕਿੰਨੇ ਕੁ ਮਹਿੰਗੇ ਹੋ ਗਏ ਨਿੰਬੂ? 200 ਰੁਪਏ ਕਿਲੋ ਹੋ ਰਿਹਾ। 200 ਰੁਪਏ ਕਿਲੋ, ਕੋਈ ਗੱਲ ਨਹੀਂ ਵੀ ਨਾ। 2 ਰੁਪਏ ਰੇਟ ਹੋਰ ਵਧਾ ਦੋ ਗਲਾਸ ਦਾ, ਨਿੰਬੂ ਤਾਂ ਪਾਇਆ ਕਰੋ। ਗੋਲੀ ਵਾਲਾ ਪੱਤਾ ਲੈ ਲੋ, ਗੋਲੀ ਵਾਲਾ ਪੱਤਾ ਲੈ ਲੋ, ਉਹ ਐ ਕਹਿਣਾ ਹੁੰਦਾ। ਠੰਡ ਪਾ ਕੇ, ਨਾ ਨਾ ਉਹ ਕੀ ਨਾਂ ਆ ਉਹਦਾ, ਮੈਂ ਭੁੱਲ ਗਿਆ ਬਾਈ ਜੀ। ਕੋਈ ਗੱਲ ਨਹੀਂ, ਯਾਦ ਕਰਕੇ ਦੱਸਾਂਗੇ। ਯਾਦਾਸ਼ਤ ਵਾਲੀ ਨਹੀਂ ਹੈਗੀ। ਤੂੰ ਜ਼ਿਆਦਾ ਬਦਾਮ ਖਾਇਆ ਕਰ ਜਾਂ ਫਿਰ ਧੱਕੇ ਖਾਇਆ ਕਰ। ਨਹੀਂ, ਬਦਾਮ ਖਾਣੇ ਸ਼ੁਰੂ ਕਰ ਦਾਂਗੇ, ਧੱਕੇ ਨਾ ਖਾਣੇ ਖਾਇਆ ਕਰਦੇ। ਹਾਂ ਲੋ ਬਾਈ ਜੀ, ਦੇਖ ਸਕਦੇ ਬਾਈ ਜੀ ਆਪਣੇ ਗਲਾਸ ਜਿਹੜੇ ਬਣ ਕੇ ਤਿਆਰ ਨੇ, ਤੇ ਆਪਾਂ ਕੀ ਵੀ ਕਿੱਦਾਂ ਦੇ ਬਣੇ ਨੇ। ਚੱਕ ਬਾਈ ਪੈਣੀ ਵਾਲੇ, ਚੱਕ ਲਾ ਸਰ ਨਾ। ਲੈ ਬਾਈ, ਹੁਣ 2 ਗਲਾਸ ਪਿਆਵਾਂਗੇ ਆਪਾਂ। ਹਾਂ ਹਾਂਜੀ, ਉਹਨੂੰ 2 ਗਲਾਸ ਸਪੈਸ਼ਲ। ਵਾਹ, ਕਿਆ ਕੁਆਲਿਟੀ ਹੈ, ਬਾਕੀ ਸਹੀ ਹੈ। ਅੱਛਾ, ਪੁੱਛ ਰਿਹਾ ਕਿ ਦੱਸ ਰਹੇ ਹਾਂ ਵੀ ਕਿਆ ਕੁਆਲਿਟੀ ਹੈ? ਦੱਸ ਰਿਹਾ ਵੀ ਬਹੁਤ ਹੀ ਵਧੀਆ ਹੈ। ਅੱਛਾ, ਹਾਂ ਠੀਕ ਆ।
पैसे तो नहीं मुकरदा कोई ना फिर भी चाली पंजा हजार रुपये ला के वधिया जगाड़ तो रहा है मोटरसाइकिल बिच चाली पंजा हजार चाली हजार रुपए ला के काम तो अज वधिया तोरी फुलका चल रहा है ना चलो ठीक है फिर धन्यवाद ठीक है भाई धन्यवाद वीडियो वधिया लगी तो शेयर जरूर कर दियो थैंक यू।